ਹਾਂਜੀ ਹਰ ਇੱਕ ਆਲਦੀ ਸਾਰਿਆਂ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆਂ ਜੀ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਵੇਗਾ ਜੀ ਅੱਜ ਇਹ ਵੀਡੀਓ ਬਣਾਣੀ ਹੈ ਜੀ ਅਸੀਂ ਚੀਤਾ ਦੀ ਨਾਂ ਅੰਸਾ ਇੱਕ ਸਾਲ ਦਾ ਅਗਰ ਤੁਹਾਡੇ ਰਿਜਿਸਟਰ ਅੰਸਾ ਵਿੱਚ ਗਾਇਬ ਹੋਵੇ ਬਹੁਤ ਸਾਰੇ ਬੰਦੇ ਨੇ ਮੈਨੂੰ ਸਵਾਲ ਕੀਤੇ ਭਾਜੀ ਮੈਂ ਇਟਾਲੀਅਨ ਪਾਸਪੋਰਟ ਅਪਲਾਈ ਕਰਨਾ ਤੇ ਮੈਨੂੰ ਇਟਾਲੀਨ ਪਾਸਪੋਰਟ ਅਪਲਾਈ ਕਰਨ ਲਈ ਮੇਰੇ ਕੋਲ ਇੱਕ ਸਾਲ ਦਾ ਗੈਪ ਆ 2 ਸਾਲ ਦਾ ਗੈਪ ਆ ਕੋਈ ਕਹਿੰਦਾ ਮੈਨੂੰ 2 ਮਹੀਨੇ ਦਾ ਗੈਪ ਆ ਤੇ ਪ੍ਰਫਤੂਰੇ ਜਿਹੜਾ ਕਰਮੋਨਾਂ ਵਾਲਾ ਹੈ ਜੀ ਉਹ ਇਹ ਪ੍ਰਫਤੂਰੇ ਚ ਜਾ ਕੇ ਫਿਰ ਪਤਾ ਕੀਤਾ ਮੈਂ ਸਪੈਸ਼ਲੀ ਪੁੱਛ ਕੇ ਆਇਆ ਉਹਨਾਂ ਨੂੰ ਉਹਨਾਂ ਨੂੰ ਮੈਂ ਪੁੱਛਿਆ ਕਿ ਬਾਈ ਚਾਂਸ ਅਗਰ ਇਟਾਲੀਅਨ ਪਾਸਪੋਰਟ ਅਪਲਾਈ ਕਰਨਾ ਹੋਵੇ ਤਾਂ ਸਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਮੇਨ ਲੋਡ ਹੁੰਦੀ ਆ ਸਾਨੂੰ ਕੋਡ ਵਗੈਰਾ ਸਾਰੀਆਂ ਚੀਜ਼ਾਂ ਆਪਾਂ ਉਹ ਆਪਾਂ ਪੁਰਾਣੀ ਵੀਡੀਓ ਚ ਦੱਸੀਆਂ ਇਹਦੇ ਵਿੱਚ ਜਿਹੜੀਆਂ ਨਵੀਆਂ ਗੱਲਾਂ ਸਿਰਫ ਤੁਹਾਨੂੰ ਉਹੀ ਦੱਸਣੀਆਂ ਜੀ ਉਹਨੇ ਇਹ ਦੱਸਿਆ ਜੀ ਕਹਿੰਦੇ ਵੀ 10 ਸਾਲ ਲਗਾਤਾਰ ਤੁਹਾਡਾ ਰੈਜ਼ੀਡੈਂਸ ਇਟਲੀ ਦੇ ਵਿੱਚ ਹੋਣਾ ਚਾਹੀਦਾ ਰੈਜ਼ੀਡੈਂਸ ਆ ਉਹ ਹੋਸ ਕਾਰਤਾ ਦੇਂਤੀ ਤਾਂ ਨਹੀਂ ਇਹ ਵੀ ਗੱਲ ਮੇਨ ਜਰੂਰੀ ਹੈ ਜਦੋਂ ਤੁਸੀਂ ਕਮੂਨੇ ਦੇ ਵਿੱਚ ਆਪਣਾ ਉਫੀ ਚ ਅਨਾਗ ਰੱਖ ਜਿਹੜਾ ਉਫੀ ਚ ਅਨਾਗ ਰਫ ਹੈ ਉਹਦੇ ਵਿੱਚ ਜਾ ਕੇ ਆਪਣਾ ਨਾਮ ਲਖਾਣੇ ਜਿੱਦਾਂ ਚੌਂਕੀਦਾਰ ਕੋ ਜਾ ਕੇ ਜਿਹੜਾ ਤੁਸੀਂ ਨਾਮ ਲਖਾ ਦਿੰਨੇ ਹਾਂ ਵੀ ਬਿਆਨਤ ਸੋ ਜਾਂ ਜਿਹੜਾ ਵੀ ਬੰਦਾ ਹੈਗਾ ਇੱਥੇ ਸਾਡੇ ਕੋਲ ਆ ਕੇ ਰਹਿਣ ਲੱਗ ਗਿਆ ਕਿਉਂਕਿ ਹੋ ਸਕਦਾ ਜਿਹੜਾ ਤੁਹਾਡਾ ਕਾਰਤਾ ਦੇਂਤੀ ਤਾਂ ਇੱਕ ਮਹੀਨੇ ਬਾਅਦ ਬਣੇ ਜਾਂ ਫਿਰ ਕਾਰਤਾ ਦੇਂਤੀ ਤਾਂ ਕਿਹ ਵਾਰ ਆਪਾਂ ਸਾਲ 2 ਸਾਲ ਬਾਅਦ ਬਣਾਉਂਦੇ ਆ ਪਰ ਜਿਹੜਾ ਉਹ ਫੀਚੋ ਨਾਗਰਾਫ ਦੇ ਵਿੱਚ ਲਿਖ ਹੋ ਜਾਂਦਾ ਨਾ ਵੇ ਫਲਾਨਾ ਬੰਦਾ ਸਾਡੇ ਪਿੰਡ ਆ ਕੇ ਰਹਿਣ ਲੱਪਿਆ ਨਾ ਉੱਥੋਂ ਜਾ ਕੇ ਘਟਾਣਾ ਮੇਨ ਗੱਲ ਉੱਥੋਂ ਤੁਹਾਡਾ ਜਿਹੜਾ ਟਾਈਮ ਸ਼ੁਰੂ ਹੁੰਦਾ ਤੇ ਮੰਨ ਲਓ ਹੁਣ ਤੁਹਾਡਾ ਤੁਸੀਂ ਰੋਮਾ ਰਹਿੰਦੇ ਆ ਰੋਮਾ ਤੋਂ ਤੁਸੀਂ ਕਰਮੋਨੇ ਆ ਜਾਂਦੇ ਜਾਂ ਫਿਰ ਕਰਮੋਨੇ ਤੋਂ ਤੁਸੀਂ ਬਰੀਸ਼ਾ ਜਾਂ ਮਿਲਾਨ ਚ ਆ ਜਾਂਦੇ ਮਿਲਾਨੋਂ ਆ ਜਾਂਦੇ ਤੇ ਤੁਹਾਡਾ ਜਿਹੜਾ ਰੈਜੀਡੈਂਸ ਆਫ ਕਟ ਹੋ ਜਾਂਦਾ ਉਸ ਕੇਸ ਦੇ ਵਿੱਚ ਜਿਹੜੀ ਉਹ ਆਪਣੀ ਮਨਾਹੀ ਕਰ ਦਿੰਦੇ ਆ ਪਰ ਮਨਾ ਨਹੀਂ ਕਰ ਸਕਦੇ ਅਗਰ ਤੁਹਾਡੇ ਕੋਲ ਕੋਈ ਠੋਸ ਸਬੂਤ ਹੈਗਾ ਕਿ ਤੁਸੀਂ ਉਸ ਟਾਈਮ ਇਟਲੀ ਦੇ ਵਿੱਚ ਮੈਂ ਇਹਨਾਂ ਨੂੰ ਪੁੱਛਿਆ ਇਹ ਕਿਹੜਾ ਠੋਸ ਸਬੂਤ ਹੋ ਸਕਦਾ ਕਿਉਂਕਿ ਮੈਂ ਸਾਡਾ ਇੱਤਾ ਪੰਜਾਬੀ ਦਾ ਚੈਨਲ ਤੇ ਮੈਨੂੰ ਲੋੜ ਰਹਿੰਦੀ ਹੈ ਇਹਨਾਂ ਗੱਲਾਂ ਨੂੰ ਪੁੱਛਣ ਲਈ ਫਿਰ ਉਹ ਮੈਂ ਦੱਸਿਆ ਕਹਿੰਦੇ ਕੋਈ ਵੀ ਸਰਕਾਰੀ ਆਫੀਸ਼ਲ ਡਾਕੂਮੈਂਟ ਮੈਂ ਕਿ ਹੁਣ ਸਰਕਾਰੀ ਆਫੀਸ਼ਲ ਡਾਕੂਮੈਂਟ ਕਿਹੜੇ ਹੋਗਾ ਜੀ ਕਨ ਕੋਈ ਹੋ ਸਦਾ ਕੋਈ ਡਾਕਟਰੀ ਕਾਰਡ ਕੋਈ ਡਾਕਟਰੀ ਦਾ ਐਗਜ਼ਾਮ ਕੀਤਾ ਹੋਵੇ ਕੋਈ ਸਕੂਲ ਦਾ ਐਗਜ਼ਾਮ ਦਿੱਤਾ ਹੋਵੇ ਜਾਂ ਕੋਈ ਸਜ਼ੋਰ ਨੂੰ ਨਿਊ ਕਰਾਈ ਹੋਵੇ ਉਹਨਾਂ ਦਿਨਾਂ ਦੇ ਵਿੱਚ ਜਿੱਥੇ ਮੋੜ ਠੱਪਾ ਲੱਗਾ ਹੋਵੇ ਤੁਸੀਂ ਉਹ ਸਾਲ ਜਦੋਂ ਤੁਹਾਡਾ ਰੈਜ਼ੀਡੈਂਸਾ ਨਹੀਂ ਸੀ ਉਹ ਸਾਲ ਤੁਸੀਂ ਇਟਲੀ ਵਿੱਚ ਸੀਗੇ ਸਭ ਤੋਂ ਮੇਨ ਗੱਲ ਕਿਹੜੀ ਹੈ ਜੀ ਤੁਹਾਡੇ ਪਾਗੇ ਬੂਸਤੇ ਅਗਰ ਤੁਸੀਂ ਆਪਣਾ ਪਾਗਾ ਬੂਸਤਾ ਦਿਖਾ ਦਿੰਦੇ ਆਂ ਪੇ ਮੈਂ ਉਹਨਾਂ ਦਿਨਾਂ ਚ ਲਗਾਤਾਰ ਕੰਮ ਕਰਦਾ ਸੀਗਾ ਤਾਂ ਤੁਹਾਡਾ ਕੰਮ ਸੋਲਵ ਆ ਜੀ ਇਹ ਸਾਰਾ ਕੰਮ ਹੁੰਦਾ ਆਪਣਾ ਕਰਮੋਨੇ ਵਾਲਿਆਂ ਦੇ ਪ੍ਰਫਤੂਰੇ ਵਾਲਿਆਂ ਨਾਲ ਗੁਰ ਤੁਸੀਂ ਕਰਮੋਨੇ ਦੇ ਪ੍ਰਫਤੂਰੇ ਵਿੱਚ ਉਹ ਇਹਨਾਂ ਚੀਜ਼ਾਂ ਨਾਲ ਮੰਨ ਜਾਂਦੇ ਆ ਬਾਕੀ ਹੋ ਸਕਦਾ ਆਪਣੇ ਮਿਲਾਨ ਦੇ ਬਰੇਸ਼ਿਆ ਦੇ ਇਹਨਾਂਾਰੇ ਪੱਕਾ ਨਹੀਂ ਕਹਿ ਸਕਦੇ ਪਰ ਤਕਰੀਬਨ ਤਕਰੀਬਨ ਸਾਰਿਆਂ ਦੇ ਰੂਲ ਸੇਮ ਹੁੰਦੇ ਆ ਪਰ ਕਰਮੋਨੇ ਵਾਲਿਆਂ ਦਾ ਸਪੈਸ਼ਲ ਮੈਂ ਪਤਾ ਕਰਕੇ ਆ ਜੀ ਇੱਕ ਗੱਲ ਹੋਰ ਦੇਖੋ ਜੀ ਰੌਲਾ ਪੈ ਗਿਆ ਹੁਣ ਆਪਣਾ ਨਵਾਂ ਕਾਨੂੰਨ ਆ ਜਿਹੜਾ ਲੇਜੇ ਸਲਵਿਨੀ ਆਲਾ ਵੀ ਇੱਦਾਂ ਇੱਦਾਂ ਹੋ ਗਈ ਆ ਜੀ ਹੁਣ ਵਾਹਿਗੁਰੂ ਪੇ ਹੋਂ ਪੁਰਾਣੇ ਜਿਹਨਾਂ ਨੇ ਕੀਤੇ ਸਾਰਿਆਂ ਨੂੰ ਉਹ ਕਹਿੰਦੇ ਜੀ ਇਹਨੂੰ ਕਹਿੰਦੇ ਆ ਜੀ ਰੇਤ ਰਵਤੀਬੀਤਾ ਪੇ ਜਦੋਂ ਵੀ ਕੋਈ ਕਾਨੂੰਨ ਲਾਗੂ ਹੁੰਦਾ ਅਗਰ ਉਹ ਕਾਨੂੰਨ ਲਾਗੂ ਹੋਵੇ ਉਹ ਪਹਿਲਿਆਂ ਦੇ ਵੀ ਹੋ ਜਾਂਦਾ ਇਸ ਕਰਕੇ ਇਹ ਸਿਰਫ ਹੁੰਦਾ ਕ੍ਰਿਮੀਨਲ ਕਿੱਸਾ ਵਿੱਚ ਕੋਈ ਵੀ ਕਾਨੂੰਨ ਅਗਰ ਪਾਸ ਹੋਵੇ ਮੰਨ ਲਓ ਕਹਿੰਦੇ ਆ ਵੀ ਚੋਰੀ ਕਰਨ ਲਈ 5 ਸਜ਼ਾ ਪੇੜਾ ਸੀ ਐਗਜ਼ੈਂਪਲ ਦੇ ਲਈ ਪਹਿਲਾ ਕਾਨੂੰਨ ਸੀਗਾ ਵੀ ਚੋਰੀ ਜਦੋਂ ਦੀ ਕਰਦੇ ਆ ਉਹਦੇ ਲਈ 5 ਜੇਪੇੜਾਂ ਤੇ ਹੁਣ ਜਦੋਂ ਹੁਣ ਕਿਸੇ ਨੇ ਵੀ ਮੰਨ ਲਓ 2 ਤਰੀਕ ਤੋਂ ਬਾਅਦ ਅੱਜ ਇੱਕ ਤਰੀਕਾ ਕੱਲੋਂ 2 ਤਰੀਕ ਤੋਂ ਬਾਅਦ ਜਿਹਨੇ ਵੀ ਚੋਰੀ ਕੀਤੀ ਉਹਦੇ ਦਾਦਾ ਥੱਪੜ ਪੈਣੇ ਆ ਹੁਣ ਜਿਹਨੇ ਜਿਹਨੇ 5-5 ਖਾਧੀ ਆ ਨਾ ਉਹਦਾ ਕ੍ਰਿਮੀਨਲ ਕੇਸ ਆ ਤੇ 5-5 ਹੋਰ ਪੈਣੇ ਹੈ ਕਹਣਾ ਪੁੱਤ ਤੇਰੇ ਕਿ ਤੇਰੇ 5 ਥੱਪੜ ਪਏ ਆ ਤੇ ਜੇੜਾਂ ਪਈਆਂ ਹੁਣ ਤੂੰ 5 ਥੱਪੜ ਹੋਰ ਆ ਕੇ ਖਾ ਇਸ ਹਿਸਾਬ ਦੇ ਨਾਲ ਜਿਹੜੇ ਦੁਮਾਨ ਦੇ ਇਟਾਲੀਅਨ ਦੇ ਜਿਨ੍ਹਾਂ ਬੰਦਿਆਂ ਨੇ ਕਰ ਦਿੱਤੇ ਕਰ ਦਿੱਤੇ ਆ ਕੀਤੇ ਆ ਪਾਵੇਂ ਇੱਥੇ ਕਾਨੂੰਨ ਚ ਲਿਖਿਆ ਵੀ ਰੇਤ ਰੋਤੀ ਵਿਤਾ ਪਿੱਛੇ ਜਾ ਸਕਦੇ ਆ ਪਰ ਸਿਰਫ ਅਤੇ ਸਿਰਫ ਇਹ ਜਿਹੜੇ ਨਵੇਂ ਆਣੇ ਆ ਨਵੇਂ ਜਿਨ੍ਹਾਂ ਨੇ ਕਰਨੇ ਉਹਨਾਂ ਤੇ ਲਾਗੂ ਹੋਣੇ ਆ ਜਿਨ੍ਹਾਂ ਨੇ ਦਮਾਂ ਦੇ ਕਰ ਦਿੱਤੇ ਉਹ ਫੁੱਲੀਆਂ ਪਤਾਸੇ ਬੰਡੋ ਜੋ ਮਰਜੀ ਢੰਡੋ ਉਹਨਾਂ ਲਈ ਕੁਝ ਨਹੀਂ ਹੋਣਾ ਜੇ ਤੁਹਾਨੂੰ ਤੁਹਾਡੇ ਏਰੀਆ ਦੇ ਵਿੱਚ ਛੱਕ ਆਇਆ ਕਰੋ ਆਪਣਾ ਵਧੀਆ ਵੇਸਰਾਜਾ ਕੋ ਤੇ ਕਰਮੋਨੇ ਦੇ ਰੇ ਜਾ ਕੇ ਇੱਥੇ ਆਪਣਾ ਜਿਹੜਾ ਪਾਸਵਰਡ ਅਪਲਾਈ ਕਰ ਲੇਖੋਗੇ ਇੱਥੇ ਦੇ ਪ੍ਰਫੁੱਤੋਰ ਵਾਲਿਆਂ ਨੇ ਮੰਨਣਾ ਨਹੀਂ ਬਾਕੀ ਇੱਕ ਹੋਰ ਸਭ ਤੋਂ ਜ਼ਰੂਰੀ ਗੱਲ ਜੀ ਉਹ ਹੈਗੀ ਆ ਜੀ ਕਹਿੰਦੇ ਚਿਤਾ ਦੀ ਨਾਂ ਅਸਾ ਫਿਰ ਮੈਂ ਕਿਹਾ ਚਲੋ ਹੋਰ ਬੈਠੇ ਆਂ ਤੇ ਉਹ ਗੱਲਾਂ ਬਤਾਂਵਾਂ ਲੱਗਾ ਹੈਗਾ ਚਲੋ ਹੋਰ ਬਸ ਲੰਨੇ ਉਹ ਕਹਿੰਦਾ ਜੀ ਸਭ ਤੋਂ ਜ਼ਰੂਰੀ ਗੱਲ ਇਹ ਆ ਕਿ 730 ਦਿਨ ਦਾ ਸੀ ਟਾਈਮ ਦਿੰਦੇ ਆ 2 ਸਾਲ ਦਾ ਮੈਂ ਕਿਹਾ ਜੀ ਇਹਦੇ ਵਿੱਚ ਵਿੱਚ ਮਿਲ ਜਾਂਦੇ ਫਿਰ ਕਿੱਦਾਂ ਹੈ ਕਹਿੰਦਾ ਨਹੀਂ 2 ਸਾਲ ਤਾਂ ਘੱਟ ਤੋਂ ਘੱਟ ਟਾਈਮ ਹੁੰਦਾ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਆਪਾਂ ਦਿੱਤੀ ਮੈਂ ਕਿਹਾ ਚਲੋ ਵਧੀਆ ਜੀ ਇਹ ਵੀ ਗੱਲ ਪਤਾ ਲੱਗ ਗਈ ਕਹਿੰਦਾ ਆਪਾਂ ਨਾਰਮਲੀ ਟਾਈਮ ਦੇਈ ਤਾਂ 3 ਸਾਲ ਮੈਂ ਕਿਹਾ ਜਿਹੜੇ ਬੰਦੇ ਵਕੀਲ ਕਰਦੇ ਆ ਬੀ ਮੈਂ ਜੀ ਸਵਾ ਦੋ ਸਾਲ ਬਾਅਦ ਵਕੀਲ ਕਰ ਲਿਆ ਮੈਨੂੰ 6 ਮਹੀਨੇ ਬਾਅਦ ਮਿਲ ਗਈ ਕਹਿੰਦਾ ਜੀ ਤੁਸੀਂ ਵਕੀਲ ਕਰੋ ਵਕੀਲ ਨਾ ਕਰੋ ਤੁਹਾਨੂੰ ਟਾਈਮ ਉਨਾ ਹੀ ਲੱਗਦਾ ਵਕੀਲਾਂ ਨੂੰ ਤੁਸੀਂ ਸਿਰਫ ਪੈਸਾ ਹੀ ਖਰਾਬ ਕਰਦੇ ਹੋ ਵਕੀਲਾਂ ਦੇ ਕਿ ਹੋ ਸਕਦਾ ਕਿਸੇ ਪਾਸੇ ਕਿਸੇ ਏਰੀਆ ਦੇ ਵਿੱਚ ਇੰਦਾ ਹੁੰਦੀ ਹੋਵੇ ਪਰ ਕਰਮੋਣੇ ਵਾਲਿਆਂ ਨੇ ਮੈਨੂੰ ਇਦਾਂ ਦੱਸਿਆ ਜੀ ਬਾਕੀ ਆਪਾਂ ਬਾਕੀ ਆਲੇ ਦੋਲੇ ਦੇ ਬਰਫਤੂਰੇ ਬਾਰੇ ਨਹੀਂ ਜਾਣਦੇ ਤੇ ਹਾਂਜੀ ਇੱਕ ਹੋਰ ਮੇਨ ਗੱਲ ਅਪ੍ਰੈਲ ਮਈ ਤੋਂ ਕਿਸੇ ਨੂੰ ਵੀ ਇਟਾਲੀਅਨ ਪਾਸਪੋਰਟ ਇਟਾਲੀਅਨ ਜਿਹੜਾ ਚਿੱਤਾ ਦੀ ਨਾਂ ਸਾਂ ਨਹੀਂ ਦੇ ਰਹੇ ਇਹ ਪਿੱਛੋਂ ਬਲੌਕ ਹੋਇਆ ਇਸ ਕਰਕੇ ਅਗਰ ਤੁਹਾਨੂੰ ਤੁਸੀਂ ਕਿਸੇ ਦੇ ਨਾਲ ਮੰਨ ਲਓ ਆਪਣਾ ਇਟਾਲੀਅਨ ਪਾਸਪੋਰਟ ਅਪਲਾਈ ਕੀਤਾ ਹੈ ਤੁਹਾਡੇ ਨਾਲ ਦੇ ਨੂੰ ਮਿਲ ਗਿਆ ਅਪ੍ਰੈਲ ਤੋਂ ਪਹਿਲਾਂ ਪਹਿਲਾਂ ਤੇ ਹੁਣ ਤੁਹਾਨੂੰ ਨਹੀਂ ਮਿਲਿਆ ਤਾਂ ਤੁਹਾਨੂੰ ਉਨਾ ਚਿਰ ਨਹੀਂ ਮਿਲਣਾ ਜਿੰਨਾ ਚਿਰ ਮੋਰਿਓ ਹੋ ਦਰਵਾਜ਼ੇ ਨਹੀਂ ਖੋਲਦੇ ਆਪਣੇ ਚਿੱਤਾ ਦੀ ਨਾਂ ਸਾਲੇ ਫਿਲਹਾਲ ਇਸ ਟਾਈਮ 30000 ਬੰਦੇ ਦਾ ਪੈਂਡਿੰਗ ਕੇਸ ਪਿਆ ਪੈਂਡਿੰਗ ਕੇਸ ਹੈਗਾ ਪੈਂਡਿੰਗ ਪਿਆਰੇ ਚਿੱਤਧਿਨਾਂ ਦਾ ਹੋਰ ਸਾਦਾ ਜਿਆਦਾ ਹੋਵੇ ਇਹ ਤਾਂ ਨਾਰਮਲ 3000 ਦਾ ਸੀ ਜਿੰਨਾ ਚਿਰ ਪਿੱਛੇ ਆਰਡਰ ਨਹੀਂ ਆਉਂਦਾ ਪਾਸ ਨਹੀਂ ਕਰਦੇ ਉਹਨਾਂ ਚਿਰ ਸਾਰਿਆਂ ਦਾ ਸਸਪੈਂਡ ਰਹਿਣਾ ਤੁਸੀਂ ਵਕੀਲਾਂ ਕੋਲ ਚੱਲੋ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਜਿੰਨਾ ਚਿਰ ਪਿੱਛੇ ਉਹਨੇ ਨਾ ਆਰਡਰ ਪਾਸ ਹੋ ਕੇ ਆਂਦੇ ਉਹਨਾਂ ਚਿਰ ਤੁਹਾਡਾ ਕੁਝ ਨਹੀਂ ਹਾਂਜੀ ਜੇਕਰ ਤੁਹਾਡੇ ਕੋਲ ਬਹੁਤ ਜ਼ਿਆਦਾ ਹੈਗਾ ਤਾਂ ਤੁਸੀਂ ਵਕੀਲਾਂ ਕੋਲ ਜਾ ਕੇ ਆਪ ਵੀ ਟਰਾਈ ਕਰ ਸਕਦੇ ਹਾਂ ਹਾਂਜੀ ਤੇ ਬਾਕੀ ਇਹੀ ਗੱਲ ਸੀ ਜੀ ਵੀਡੀਓ ਇਸੇ ਗੱਲ ਲਈ ਬਣਾਈ ਹੈ ਜੀ ਤੇ ਚਲੋ ਜੰਗਾ ਜੀ ਸੱਚੀ ਗੱਲ ਸਾਰਿਆਂ ਨੂੰ ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਇੱਥੇ ਨੰਬਰ ਆਪਣਾ ਦੇ ਦਵਾਂ ਇੱਥੇ ਹਾਂਜੀ ਤੁਸੀਂ ਸੁਣ ਰਹੇ ਸੀ ਕੁਲਵੀਰ ਸਿੰਘ ਦੇ ਨਾਲ ਇਤਾ ਪੰਜਾਬੀ ਤੇ ਅੱਜ ਦਾ ਆਪਣਾ ਟੌਪਿਕs ਹੈਗਾ ਮੈਨੂੰ ਮੈਂ ਇਟਾਲੀਅਨ ਪਾਸਪੋਰਟ ਅਪਲਾਈ ਕਰਨਾ ਯਾਰ ਮੇਰਾ ਇੱਕ ਸਾਲ ਦਾ ਗੈਪ ਆ ਮੈਨੂੰ ਪਾਸਪੋਰਟ ਨੂੰ ਕੋਈ ਪ੍ਰੋਬਲਮ ਪ੍ਰੋਬਲਮ ਤਾਂ ਨਾ ਪਾਓਗੇ ਹਾਂਜੀ ਇੱਕ ਹੋਰ ਗੱਲ ਇਹ ਸਾਰੀ ਖਬਰ ਤੁਸੀਂ ਸਾਡੇ ਇਤਾ ਪੰਜਾਬੀ ਆਪਣਾ ਨਿਊਜ਼ ਆ ਇਹਦਾ ਪੰਜਾਬੀ ਨਿਊਜ਼ ਆਪਣੇ ਐਪ ਸਟੋਰ ਤੋਂ ਜਾਂ ਫਿਰ ਪਲੇ ਸਟੋਰ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹਦੇ ਉੱਤੇ ਵੀ ਨਿਊਜ਼ ਇਹ ਪਹਿਲੇ ਅਪਲੋਡ ਕੀਤੀ ਆ ਚਲੋ ਚੰਗਾ ਇਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂਗੇ ਅਸੀਂ ਹੁਣ ਆਪਣੇ ਅਗਲੇ ਪਾਗ ਵਿੱਚ